ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੀਆਂ ਅਣਗਹਿਲੀਆਂ ਨੂੰ ਦੇਖਦੇ ਹੋਏ ਭੜਕਦੇ ਦਿਖਾਈ ਦੇ ਰਹੇ ਨੇ। ਆਪਣੇ ਫੇਸਬੁੱਕ ਲਾਈਵ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਪੰਜਾਬ ਸਰਕਾਰ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਜਾਣਗੇ। ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਬਿਨਾਂ ਮਾਸਕ ਅਤੇ ਬਿਨਾਂ ਸੈਨੇਟਾਈਜ਼ਰ ਤੋਂ ਘੁੰਮ ਰਹੇ ਨੇ ਅਤੇ ਸੜਕਾਂ ਉੱਤੇ ਥੁੱਕਦੇ ਫਿਰਦੇ ਨੇ, ਜਿਸ ਨਾਲ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਉਹਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਅਤੇ ਆਪਣੇ ਪਰਿਵਾਰਾਂ ਦੇ ਨਾਲ ਆਂਢ ਗੁਆਂਢ ਨੂੰ ਵੀ ਬਚਾਉਣਾ ਤਾਂ ਤੁਹਾਨੂੰ ਸਰਕਾਰ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੀ ਪਏਗੀ ਅਤੇ ਇਸ ਦੇ ਲਈ ਪੰਜਾਬ ਦੇ ਲੋਕਾਂ ਨੂੰ ਖੁਦ ਜ਼ਿੰਮੇਵਾਰ ਬਣਨਾ ਪਏਗਾ। ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ 'ਤੇ ਭੜਕ ਰਹੇ ਨੇ ਤੁਸੀਂ ਖੁਦ ਹੀ ਦੇਖ ਲਓ। ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਖਤਰਾ ਸਮਝ ਕੇ ਤੁਸੀਂ ਅੱਜ ਵੀ ਉਹੀ ਜੋ ਡਾਕਟਰ ਤੁਹਾਨੂੰ ਦੱਸਦੇ ਨੇ ਆਪਣਾ ਮਾਸਕ ਪਾਓ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਲੋਕ ਕਈ ਮਾਸਕ ਨਹੀਂ ਪਾਉਂਦੇ ਔਰ ਆਹ ਮੇਰੇ ਕੋਲ ਅੰਕੜੇ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਸੋਸ਼ਲ ਮੀਡੀਆ 'ਤੇ ਕਈ ਲੋਕ ਪੁੱਛਦੇ ਨੇ ਤੁਸੀਂ ਲੋਕ ਮਾਸਕ ਬਗੈਰ ਆਉਂਦੇ ਨੇ ਤੁਸੀਂ ਕੋਈ ਕਦਮ ਨਹੀਂ ਚੱਕ ਰਹੇ। ਮੈਂ ਦੱਸਾਂ ਤੁਹਾਨੂੰ ਕਿਹੜੇ ਮਾਸਕ ਬਗੈਰ ਆਏ ਨੇ। 17 ਮਈ ਤੋਂ ਲੈ ਕੇ 28 ਮਈ ਤੱਕ 11 ਦਿਨਾਂ 'ਚ 36,820 ਬੰਦੇ ਫਾਈਨ ਹੋਏ ਨੇ ਜਿਨ੍ਹਾਂ ਨੇ ਮਾਸਕ ਨਹੀਂ ਪਾਇਆ ਔਰ 4,032 ਬੰਦੇ ਫਾਈਨ ਹੋਏ ਨੇ ਜਿਨ੍ਹਾਂ ਨੇ ਸੜਕਾਂ ਦੇ ਵਿੱਚ ਥੁੱਕਿਆ। ਹੁਣ ਇਹ ਬਿਮਾਰੀ ਫੈਲਦੀ ਕੈਸੇ? ਇਹ ਥੁੱਕ ਤੋਂ ਫੈਲਦੀ ਹੈ ਔਰ ਤੁਸੀਂ ਅਗਰ ਥੁੱਕੀ ਜਾਓ ਸਾਰੇ ਕਿਤੇ ਔਰ ਤੁਸੀਂ ਆਪਣੇ ਮਾਸਕ ਨਾ ਪਾਓ ਤਾਂ ਤੁਸੀਂ ਬਿਮਾਰੀ ਫੈਲਾਉਣ ਦੀ ਗੱਲਾਂ ਕਰ ਰਹੇ ਹੋ। ਔਰ ਇਹ ਇੱਥੇ ਔਰ ਇਹਨਾਂ 'ਤੇ 503 FIR ਹੋਈਆਂ ਨੇ ਤਾਂ ਕਿ ਇਸ ਨਾਲ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਬੰਦੇ ਕਾਨੂੰਨ ਤੋੜਦੇ ਨੇ ਉਹਦਾ ਫਿਰ ਕੀ ਅਸਰ ਹੁੰਦਾ। ਇਹ ਪਿਛਲੇ 24 ਘੰਟਿਆਂ ਦੇ ਵਿੱਚ 6,061 ਬੰਦੇ ਨੇ ਜਿਹੜੇ ਮਾਸਕ ਦੇ ਵਿੱਚ ਜਿਨ੍ਹਾਂ ਨੇ ਨਹੀਂ ਪਾਈ ਔਰ ਜਿਨ੍ਹਾਂ ਨੂੰ ਉਹਨਾਂ ਨੂੰ ਫਾਈਨ ਕੀਤਾ ਪੁਲਿਸ ਨੇ ਔਰ 8,63 ਬੰਦੇ ਨੇ ਜਿਨ੍ਹਾਂ ਨੇ ਕੱਲ੍ਹ ਦੇ ਦਿਨ ਥੁੱਕ ਕਰਦੇ ਉਹਨਾਂ ਨੂੰ ਫੜਿਆ ਗਿਆ ਸੀ ਔਰ ਇਹਨਾਂ 'ਤੇ 29 FIR ਹੋਈਆਂ ਨੇ। ਹੁਣ ਦੇਖ ਲਓ ਕਿ ਤੁਸੀਂ ਇਹ ਗੱਲਾਂ ਸਾਰੀਆਂ ਭੁੱਲ ਰਹੇ ਹੋ ਜੋ ਦੱਸੀਆਂ ਨੇ ਔਰ ਇਹ ਚੀਜ਼ਾਂ ਨੇ ਜਿਹੜੀਆਂ ਇੱਥੇ ਇਸ ਬਿਮਾਰੀ ਨੂੰ ਫੈਲਾਉਂਦੀਆਂ ਨੇ ਤਾਂ ਇਹ ਬੜੀ ਮਾੜੀ ਗੱਲ ਹੈ। ਤੁਸੀਂ ਅਗਰ ਆਪਣੇ ਪੰਜਾਬ ਨੂੰ ਬਚਾਉਣਾ ਹੈ, ਆਪਣੇ ਗੁਆਂਢ ਨੂੰ ਬਚਾਉਣਾ, ਆਪਣੇ ਪਿੰਡ ਨੂੰ ਬਚਾਉਣਾ, ਆਪਣੇ ਸ਼ਹਿਰ ਨੂੰ ਬਚਾਉਣਾ, ਤਾਂ ਆਹੀ ਤੁਹਾਨੂੰ ਕਰਨਾ ਪਊਗਾ। ਆਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਇਹ ਬਿਲਕੁਲ ਗਲਤ ਬਾਤ ਹੈ ਔਰ ਇਹਨਾਂ ਨੂੰ ਜਿਨ੍ਹਾਂ ਨੇ ਕੀਤੀਆਂ ਨੇ ਭੁਗਤਣਾ ਪਊ। ਹਰ ਚੀਜ਼ 'ਤੇ 500 ਰੁਪਏ ਦਾ ਇੱਕ ਫਾਈਨ ਹੈ, ਤੁਹਾਨੂੰ ਪਤਾ ਹੈ। ਕੋਈ ਮਾਸਕ ਨਹੀਂ ਪਾਊਗਾ ਔਰ ਫੜਿਆ ਗਿਆ ਤਾਂ 500 ਰੁਪਏ ਦਾ ਫਾਈਨ, ਅਗਰ ਥੁੱਕਿਆ ਔਰ ਉਹ ਫੜਿਆ ਗਿਆ 500 ਰੁਪਏ ਦਾ ਫਾਈਨ। ਇਹ ਸਾਰੀਆਂ ਚੀਜ਼ਾਂ ਇਹੀ ਤਰੀਕਾ ਹੈ ਕਿ ਲੋਕ ਸਮਝਣਗੇ, ਨਹੀਂ ਤਾਂ ਕੋਈ ਸਮਝਦਾ ਹੀ ਨਹੀਂ। ਕੋਈ ਸਮਝਦੇ ਨਹੀਂ ਕਿ ਸਾਰੀ ਗੱਲ ਹੀ ਮੁੱਕ ਗਈ। ਇਹ ਗੱਲ ਨਹੀਂ ਮੁੱਕੀ, ਇਹਨੇ ਅੱਗੇ ਫੈਲਣਾ ਔਰ ਇਸ ਕਰਕੇ ਮੈਂ ਇਸ ਨੂੰ ਤੁਹਾਨੂੰ ਹੁਣ ਬੇਨਤੀ ਕਰਨਾ ਚਾਹੁੰਦਾ ਕਿ ਇਹਨੂੰ ਸੀਰੀਅਸਲੀ ਬਹੁਤ ਗੰਭੀਰਤਾ ਨਾਲ ਸੋਚ ਕੇ ਇਹ ਤੁਸੀਂ ਕਦਮ ਚੱਕੋ। ਤੁਸੀਂ ਹੁਣ ਮੈਨੂੰ ਪੁੱਛੋਗੇ, ਮੈਨੂੰ ਕਈਆਂ ਨੇ ਪੁੱਛਿਆ ਕਿ ਕਦੋਂ ਤੁਸੀਂ ਇਸ ਲੋਕਡਾਊਨ ਨੂੰ ਚੱਕੋਗੇ। ਲੋਕਡਾਊਨ ਤਾਂ ਚੱਕਿਆ ਹੀ ਚੱਕਿਆ ਕਿਉਂਕਿ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਅਸੀਂ ਪੂਰੀ ਖੁੱਲ੍ਹ ਛੁੱਟੀ ਦੇ ਸਕਦੀ ਹੈ ਕਿ ਤੁਸੀਂ ਬਾਹਰ ਜਾ ਕੇ ਆਪਣੀ ਦੁਕਾਨਾਂ ਜਿਹੜਾ ਕੁਝ ਖਰੀਦਣਾ ਤੁਸੀਂ ਖਰੀਦੋ। ਲੇਕਿਨ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਉਹ ਗਵਰਨਮੈਂਟ ਆਫ ਇੰਡੀਆ ਦੀ ਕਰਫਿਊ ਹੈ। ਹੁਣ ਗਵਰਨਮੈਂਟ ਆਫ ਇੰਡੀਆ ਕੀ ਦੱਸਦੇ ਨੇ ਉਹ ਦੇਖਾਂਗੇ 31 ਤਰੀਕ ਨੂੰ। 31 ਤਰੀਕ ਨੂੰ ਪ੍ਰਾਈਮ ਮਿਨਿਸਟਰ ਜ਼ਰੂਰ ਕੁਛ ਨਾ ਕੁਛ ਐਲਾਨ ਕਰਨਗੇ ਕਿਉਂਕਿ ਉਹਨਾਂ ਦਾ ਲੋਕਡਾਊਨ 31 ਤਰੀਕ ਤੱਕ ਹੈ ਕਰਫਿਊ। ਹੁਣ ਤਾਂ ਹੀ ਸੁਧਰਿਆ ਕੰਮ ਔਰ ਮੈਂ ਨਹੀਂ ਚਾਹੁੰਦਾ ਕਿ ਇੱਕ ਆਊਟ ਆਫ ਕੰਟਰੋਲ ਚਲਾ ਜਾਏ। ਬੰਬਈ ਦੇ ਵਿੱਚ ਦੇਖਿਆ ਤੁਸੀਂ, ਲੱਖਾਂ ਦੇ ਬੰਦੇ ਉੱਥੇ ਹੋਣ। ਅਮਰੀਕਾ 1 ਲੱਖ ਤਾਂ ਮਰ ਗਏ ਉੱਥੇ ਔਰ ਪਤਾ ਨਹੀਂ 17 ਲੱਖ ਨੇ ਜਿਹੜੇ ਇਸ ਵੇਲੇ ਕੋਵਿਡ ਦੇ ਨਾਲ ਨੇ। UK ਦੇਖੋ 34,000 ਮਰ ਗਏ ਔਰ ਪਤਾ ਨਹੀਂ ਕਿੰਨੇ ਲੱਖਾਂ 'ਚ ਉੱਥੇ ਕਰਨ। ਜਰਮਨੀ ਦੇ ਵਿੱਚ, ਸਵਿਟਜ਼ਰਲੈਂਡ ਵਿੱਚ, ਸਾਰੇ ਮੁਲਕਾਂ ਦੇ ਵਿੱਚ ਇਹੀ ਹੋ ਰਿਹਾ। ਤਾਂ ਅਸੀਂ ਆਪਣੇ ਪੰਜਾਬ ਨੂੰ ਬਚਾਇਆ ਹੋਇਆ ਔਰ ਹੁਣ ਇਹੋ ਜਿਹੀ ਗੱਲ ਨਾ ਆਪਾਂ ਕੋਈ ਕਰ ਦਈਏ ਜਿਹਦੇ ਨਾਲ ਬਿਲਕੁਲ ਆਪਾਂ ਹੋਰ ਨੁਕਸਾਨ ਕਰਾ ਲਈਏ ਆਪਣਾ। ਤਾਂ ਮੇਰੀ ਇਹੀ ਬੇਨਤੀ ਤੁਹਾਨੂੰ ਕੋਵਿਡ ਵਿੱਚ